लाइट बंद, तेल बंद, हर शह ही बंद। हूं रह गया दूजा बंद करने वाला, भी हो जाना साडा मुंडे मेरी पुल्ले वाले ते मर जांदे ते तां ही गल बच। निक निक बच्चे ने रात नूं बीवी लड़दी है, ना आटा पूरा होंदा, ना घिओ पूरा हो रहा, ना कोई तेल पूरा हो रहा, कोई शह नहीं पूरी हो रही। तेल मंगाई लाई अग लगन लगी तेल नूं। हुण मजदूर दी दिहाड़ी 1000 रुपया मजदूर हजे भी रोंदा है। इह निके निके बच्चे ने, ठीक है, इह बच्चे मैं गड्डिया ते मंगदे ने पे। जिहदा बाप कमांदा ना ਉਹ ਕਰਦਾ ਸਪੋਰਟ, ਜਿਹੜਾ ਆਪੀ ਕਮਾ ਕੇ ਆਪਣੇ ਬੱਚਿਆਂ ਦੀ ਕਫਾਲਤ ਕਰਦਾ ਨਾ, ਉਹਦੇ ਵਾਸਤੇ ਔਖਾ ਕੰਮ ਹੈ। ਉਹਨੂੰ ਪੁੱਛੋ ਇਮਰਾਨ ਖਾਨ ਨੂੰ ਵੋਟ ਦੇਣਾ ਹੈ ਜਾਂ ਅੱਗੋਂ ਨਹੀਂ ਦੇਣਾ। ਹੱਥ ਲਾਓ ਤੇ ਆਟਾ ਮਹਿੰਗਾ, ਘਿਓ ਭਰੋ ਤੇ ਘਿਓ ਮਹਿੰਗਾ, ਚੀਨੀ ਮਹਿੰਗੀ, ਕੰਨਾ ਕੀ ਹੈ, ਇਹਨੂੰ ਉਟਾਰੋ ਥਿੱਲੇ। ਮਾੜਾ ਬੰਦਿਆਂ ਨੂੰ ਤਾਂ ਅਟੈਕ ਹੁੰਦੇ ਨੇ ਬੇ, ਲੋਕ ਗੁਰਬਤ ਨਾਲ ਆਪਣੇ ਪੁੱਤਰਾਂ ਨੂੰ ਮਾਰਨ ਡੇ ਨੇ, ਪਿਓਾਂ ਨੂੰ ਮਾਰਨ ਡੇ ਨੇ, ਹੈ ਕਿ ਘਰ ਦੇ ਨਿਜ਼ਾਮ ਨਹੀਂ ਚੱਲਦੇ ਪਏ, ਕਤਲੇਆਮ ਹੋਣ ਡੇ ਨੇ ਗੁਰਬਤ ਦੀ ਵਜ੍ਹਾ ਤੋਂ। ਕੋਈ ਇਧਰੋਂ ਆਇਆ ਪੁਲਿਸ ਵਾਲਾ ਜਾਂਦਾ, ਅੱਡਾ ਪਿਆ ਕਰੋ ਜੀ, ਇੰਝ ਕਰੋ ਜੀ, ਇਹ ਕਰੋ ਵੋ ਕਰੋ, ਅਸੀਂ ਕਿੱਧਰ ਜਾਈਏ ਜੀ, ਕਿਸ ਪਾਸੇ ਜਾਈਏ। ਮੁਰਾਦੋਂ ਸੇ ਝੋਲੀਆਂ ਭਰ ਜਾਏਗੀ, ਪਸੰਦ ਕੀ ਸ਼ਾਦੀ, ਮੁਹੱਬਤ ਮੇਂ ਨਾਕਾਮੀ, ਅਤਵਾਜੀ ਮਸਾਇਲ, ਤਸਖੀਰੇ ਮਖਲੂਕਾਤ ਕੇ ਖਾਹਿਸ਼ਮੰਦ। ਘੁੰਮੜ ਕੈਸੀ ਕੁਝ ਨਹੀਂ ਹੈ, ਇਹਨੇ ਤਾਂ ਬੇੜਾ ਕਰਿਆ ਘੱਟ ਰਿਹਾ ਦੁਨੀਆ ਦਾ, ਕੰਨਾ ਕੀ ਹੈ, ਆਟਾ ਵੇਖੋ, ਹੱਥ ਲਾਓ ਤੇ ਆਟਾ ਮਹਿੰਗਾ, ਘਿਓ ਭਰੋ ਤੇ ਘਿਓ ਮਹਿੰਗਾ, ਚੀਨੀ ਮਹਿੰਗੀ, ਕੰਨਾ ਕੀ ਹੈ, ਇਹਨੂੰ ਵਟਾਰੋ ਥਿੱਲੇ। ਇਹ ਤਾਂ ਇਹਨਾਂ ਨੇ ਪਿਛਲੇ 4 ਸਾਲ ਤਦ ਮਹਿੰਗਾਈ ਹੋ ਗਈ। ਇਹ ਮਰਿਆਈ ਮਾਂ ਦੀ ਠੰਡੀ ਵੋਟਾਂ ਦੀ ਵਜ੍ਹਾ ਹੋਈ ਹੈ, ਉਂਝ ਨਹੀਂ ਹੋਈ। ਗਰੀਬਾਂ ਦੀ ਮਾੜਿਆਂ ਦੀ ਕਰਨ ਕੀ ਗਰੀਬ ਇਮਰਾਨ ਦਿਹਾੜੀ ਹੈ ਲੋਕਾਂ ਦੀਆਂ ਤਨਖਾਹ ਵਧਾਏ ਤਾਂ ਫਿਰ ਠੀਕ ਹੈ। ਉਹ ਆਉਂਦਾ ਪਿਛਲੇ ਜਿਹੜੇ ਵਜ਼ੀਰ ਆਜ਼ਮ ਨਵਾਜ਼ ਸ਼ਰੀਫ ਖਾ ਪੀ ਗਿਆ ਸਾਰਾ ਕੁਝ। ਨਵਾਜ਼ ਸ਼ਰੀਫ ਅੱਛਾ, ਉਹਨੇ ਮਹਿੰਗਾਈ ਘੱਟ ਕੀ, ਵਧਾ ਨਹੀਂ ਦਿੱਤੀ, ਸਰਤੀਆਂ ਸਾਵਾਂ ਸੀ ਉਦੋਂ ਨਵਾਜ਼ ਸ਼ਰੀਫ ਦੇ ਦੌਰ। ਇਹ ਨਹੀਂ ਠੀਕ ਹੈ, ਇਹ ਆਉਂਦਾ ਉਹ ਚੋਰ ਹੈ। ਚੋਰ ਨਹੀਂ, ਇਹ ਆਪ ਚੋਰ ਹੈ। ਅੱਛਾ 3 ਸਾਲ ਜਿਹੜੇ ਗੁਜ਼ਰੇ ਨੇ, 3.5 ਸਾਲ ਕੈਸੇ ਗੁਜ਼ਰੇ ਨੇ ਇਮਰਾਨ ਖਾਨ? ਇਹ ਭਾਅ ਜੀ ਕੋਈ ਉਜਰੇ ਕੋ ਨਹੀਂ, ਇਹ ਹੈ ਸਹੀ ਨਹੀਂ ਬੰਦਾ। ਅਗਲੀ ਜੇ ਹਕੂਮਤ ਆ ਗਈ ਇਮਰਾਨ ਖਾਨ ਦੀ, ਫਿਰ ਇਹਨੂੰ ਅੱਗੋਂ ਆਉਣ ਨਹੀਂ ਦੇਣੀ ਘੁੰਮਣ। ਕੌਣ ਆਏਗਾ ਵਜ਼ੀਰ ਆਜ਼ਮ? ਨਵਾਜ਼ ਸ਼ਰੀਫ ਜ਼ਿੰਦਾਬਾਦ। ਇਮਰਾਨ ਖਾਨ ਕੋ ਪੈਗਾਮ ਦਿਓਗੇ? ਅਸੀਂ ਨਹੀਂ ਦਿੰਦੇ ਪੈਗਾਮ, ਹੀ ਨਹੀਂ ਦਿੰਦੇ। ਸੁਨਾਹ ਦਿਓਗੇ ਉਹਨੂੰ? ਨਾ ਦਵਾਂਗੇ, ਇਹਨੂੰ ਆਖੋ ਮਡਿਆਈ ਨਾ ਵਧਾਏ, ਸਰਦੀ ਕਰੇ, ਪੈਟਰੋਲ ਮਹਿੰਗਾ ਉਹ ਵੀ ਸੱਟਾ ਕਰੇ। ਖਾਨ ਸਾਹਿਬ ਸਾਡੀ ਜਾਨ ਛੱਡੋ, ਜਾਨ ਛੱਡ ਦਿਓ, ਮਾਫੀ ਦਿਓ। ਸਾਡੇ 3 ਸਾਲ ਕੈਸੇ ਗੁਜ਼ਰੇ? ਦੇਖੋ ਉਹਨੂੰ ਆਸ਼ਰੀ ਦੀ ਘੁੰਮਾ ਸੀ ਗੱਲ, ਇਹ ਕੋਈ ਚੁਗਲੀ ਦੀ ਨਹੀਂ। ਮੈਂ ਆਪਣੀ ਉਸ 1200-1300 ਤੋਂ ਕਣਕ ਨਹੀਂ ਵਧੀ, 2800 ਤੋਂ ਆਟਾ ਲੈ ਖਾਣ ਡਿਆ, ਉਹਦੇ ਵਿੱਚ ਰਬੜ ਨਹੀਂ ਤੇ ਪਾਣੀ 'ਚ ਖੋਲ ਕੇ ਵੇਖੋ, ਉਹਦੇ ਰਬੜ ਨਾ ਰਹੇ ਤੇ ਅਮਨ ਫੜ ਲਿਓ ਜੀ। ਗੌਰਮੈਂਟ ਕੋਈ ਕੰਮ ਨਹੀਂ ਕਰ ਰਹੀ? ਕੁਛ ਨਹੀਂ ਕਰ ਰਹੀ ਗੌਰਮੈਂਟ, ਉਹ ਜੇ ਮਾਥਾ ਤਰੋੜਦਾ ਤੇ ਉਹ ਉਸੇ ਭਾਅ ਹੀ ਵੇਚੀ ਜਾਂਦੇ ਨੇ, ਪੁੱਛਦੇ ਹੀ ਕੋ ਨਹੀਂ ਕਿਸੇ ਨੂੰ, ਤੇ ਕੋਈ ਪੁੱਛੇ ਤਾਂ ਭੇਜ ਰਹੇ ਹਾਂ। ਪਰ ਉਹ ਤਾਂ ਕਹਿ ਰਹੇ ਨੇ ਹੁਣ ਡੇ ਨੇ ਵੇਚਣ, ਮੋਟੀ ਦਿੰਦੇ ਨੇ ਉਹ, ਕਿਤੇ ਸਰਕਲ ਜੇ ਘੱਟਾ ਹੋ ਰਿਹਾ ਭੈਣ ਨੂੰ ਸਰਕਾਂ ਦਾ, ਉਹ ਲਿਆ ਕੁਆਣ ਡੇ ਲੋਕਾਂ ਨੂੰ, ਜੋ ਬਿਮਾਰ ਹੋਏ ਨੇ ਫਿਰ ਲੈਣਾ ਲੱਗੀਆਂ ਡਾਕਟਰ ਦੀਆਂ ਦੁਕਾਨਾਂ 'ਤੇ, ਕੋਈ ਹਾਲ ਹੀ ਨਹੀਂ ਹੈ, ਕੀ ਕਰਨਾ ਕੁਝ ਵੀ ਨਹੀਂ ਹੈ। ਉਹ ਕਹਿੰਦੇ ਨੇ ਆਖਰੀ ਜਿਹੜੇ 1.5 ਸਾਲ ਉਹਦੇ 'ਚ ਆਸਤੇ ਆਸਤੇ ਮਾਮਲਾ ਠੀਕ, ਉਹ ਮਾਮਲੇ ਠੀਕ ਮੈਂ ਨਾ ਛੱਡ ਕੇ ਇਹਨੇ ਸਾਲ ਵੀ ਨਹੀਂ ਲੋਕਾਂ ਕਹਿਣਾ ਮਰ ਜਾਣਾ। ਤੁਸੀਂ ਤਾਂ 1.5-2 ਸਾਲ ਪਿਆਉਂਦੇ ਹੋ, ਬੜੇ ਦੂਰ ਨੇ, ਉਹ ਤਾਂ ਗੱਲ ਹੈ, ਉਹਦੇ ਐਂਡ ਹੋਇਆ ਅਜੇ ਦਰਿਆ ਦੇ ਖਲੋਤੇ ਨੇ ਧੱਕਾ ਦੇਣਾ ਹੀ ਕਰਦੇ। ਅੱਛਾ ਉਹ ਤਾਂ ਕਹਿੰਦੇ ਨੇ ਪਿਛਲੀ ਜਿਹੜੀ ਹਕੂਮਤ ਹੈ ਉਹਦੀ ਵਜ੍ਹਾ ਨਾਲ ਸਾਰੀ ਮਹਿੰਗਾਈ ਹੋਈ ਹੈ, ਮੇਰਾ ਦੇ ਵਿੱਚ ਕੋਈ ਕਿਸੇ ਨੂੰ ਤੰਗ ਤਾਂ ਨਹੀਂ ਕੀਤਾ, ਉਹ ਮਹਿੰਗਾਈ ਕਰਦਾ ਸੀ, ਦਿੰਦਾ ਵੀ ਲੈਂਦਾ ਸੀ, ਸਾਨੂੰ ਲੋਕਾਂ ਨੂੰ ਉਹਨੇ ਤੰਗ ਨਹੀਂ ਕੀਤਾ। ਪੀਜ਼ਾ ਬਿੱਲ ਸੂਲਣਾ ਆਉਂਦਾ ਸੀ, ਕਣਕ ਦਾਣੇ ਹਰ ਸ਼ਾਇ ਲੱਭਦੀ ਸੀ, ਹੁਣ ਕੋਈ ਸ਼ਾਇ ਹੱਥ ਪਾਉਣ ਦਿੰਦੀ ਜੇ, 80-25 ਦਾ ਖਿਡੌਣਾ ਲੈ ਆਉਂਦੇ 1500 ਰੁਪਈਆ ਦੇ, ਤੁਹਾਨੂੰ ਪਤਾ ਇਮਰਾਨ ਖਾਨ ਨੂੰ ਵੋਟ ਦਿੱਤੇ ਅਜੇ, ਚੁੱਪ ਕਰ ਰਹਿੰਦੇ ਨੇ ਲੋਕ ਅੱਗੋਂ, ਕੀ ਕਰਨਾ। ਪੈਗਾਮ ਦਿਓਗੇ ਇਮਰਾਨ ਖਾਨ ਸਾਹਿਬ? ਪੈਗਾਮ ਤੁਹਾਡਾ ਹੈ ਜੀ, ਇਹਨਾਂ ਦੁਨੀਆ ਦੀ ਜਾਨ ਛੱਡਦੇ ਨਹੀਂ, ਸੋ ਹਕੂਮਤ ਕਰਨ ਦਾ ਚੱਜ ਆਉਂਦਾ ਤੇ ਇਹਨਾਂ ਨੂੰ ਜਾਨ ਛੱਡ ਛੱਡੇ। ਅੱਛਾ ਉਹਨਾਂ ਦੇ ਜਿਹੜੇ ਬੰਦੇ ਨੇ PTI ਵਾਲੇ, ਅਜੇ ਵੀ ਕਹਿੰਦੇ ਨੇ ਕਿ ਅਗਲੇ ਵੀ 5 ਸਾਲ ਇਮਰਾਨ ਖਾਨ ਨੂੰ ਮਿਲਣੇ ਨੇ, ਉਹਦੇ ਬਾਰੇ ਕੀ ਕਹੋ? ਇਹ ਅੱਲਾ ਦੀ ਸਬੂਰਤ ਹੀ ਹੈ, ਕੋਈ ਮਸਲਾ ਨਹੀਂ, ਫਿਰ ਇਹ ਸਮਝੋ ਜਾਣ ਵਾਲੇ ਇਹ ਕੰਮ, ਜੇ ਅਗਲੇ 5 ਸਾਲ ਉਹਨੂੰ ਮਿਲ ਗਿਆ ਤਾਂ ਫਿਰ ਮਿਲ ਗਿਆ ਤੇ ਮੌਤ ਹੈ ਸਿੱਧੀ, ਜੇ ਨਹੀਂ ਰਿਹਾ ਤੇ ਫਿਰ ਤੇ ਮੈਂ ਨਾ 2 ਮਹੀਨੇ ਨਹੀਂ ਕੱਢਣੇ ਲੋਕਾਂ, ਤੁਸੀਂ ਤਾਂ 5 ਸਾਲ ਪਿਆਉਂਦੇ ਹੋ। ਵੇਖੋ ਪੈਟਰੋਲ ਪਾਉਂਦੇ ਵੱਡੇ ਬੱਚੀਆਂ ਸਕੂਲੇ ਜਾਣਦੀਆਂ, ਕਿਸ ਤਰ੍ਹਾਂ ਜਾਣਦੀਆਂ, ਤੁਸੀਂ ਸਫ਼ਰ 'ਚ ਜਾ ਰਹੇ, ਤੁਹਾਡੇ ਨਾਲ ਬੱਚੇ ਦੇ ਰਾਜ, ਗੱਡੀ ਬੰਦ ਹੋਈ, ਤੇਲ ਨਹੀਂ ਲੱਭਦਾ, ਕੀ ਕਰੋਗੇ? ਹੈ ਕੋ ਮਸਲਾ, ਉਹ ਤੇਲ ਮਹਿੰਗਾ ਕਰਕੇ ਵੇਚੀ ਜਾ, ਦੇ ਖੁੱਲ੍ਹੇ ਦੇ ਲਾ ਕੇ ਪੀਓ, ਅਸੀਂ ਅੱਗੋਂ ਸਵਾਰੀਆਂ ਦੀ ਛੋਈ ਲਾਈ ਜਾਈਏ, ਇਹ ਪਿੱਛੋਂ ਛੋਈ ਲਾਈ ਜਾਏ, ਬਾਬੇ ਵਾਹ ਮੈਂ ਤਾਂ ਭਿੜ ਕੇ ਮਰਨਾ, ਹੋਰ ਕੀ ਕਰਨਾ।
जिहड़े लोग उन्होंने वोट जिन्हें दिते सन बल्ले वाले ने खास तौर पर वो कहते हैं अगले पांच साल भी इमरान खान साहब आ रहे हैं उन्होंने बारे की वो वेखो गल तो फिर वे कि जिदा बाप कमांदा ना वो करदा सपोर्ट जरा आप ही कमा के अपने बच्चों की कफालत करता ना वो वास्ते औखा काम है उन्होंने पूछो इमरान खान वोट देना या अगों नहीं देना वो तो वह दस सकता पैगाम दोगे इमरान खान साहब इमरान खान साहब वास्ते यही है कि बस आनू इज्जत नहीं छड़ के टुर जो कि ना आवाम जलील करो चाहते थोड़े हिसाब से अगला वजीर आजम कि होना चाहिए वजीर आजम तो असी तो कुछ नहीं कह सकते हूँ अगों वक्त आएगा फिर पता लगेगा कौन वजीर आजम बनता बाकी इमरान खान तो नहीं बनता कोई फर्क नहीं मैनू कोई फर्क नहीं वो तुम कर फर्क ना करना दुकाना नहीं पुछते नहीं की हाल हो रहा लोगों का आटा महंगा हर एक शह महंगी बल्ले वाले तो आने कुछ भी नहीं हर चीज बल्ले वाले तो मर जाते ही गल बच अच्छा कैसे गुजरे रहे घूमते साढ़े भाजी कोई हाल नहीं निके निके बच्चे ने ना जुत्ती है ना कपड़ा उतो सियाल आ रहा है तो महंगाई बड़ी जी है बहुत महंगाई है घ्यो इन्ना महंगा लिया नहीं आता गरीब ने भुख ना मरन रहे हैं कोई घूमता कोई फायदा नहीं है कोई यदि कोई गल नहीं इमरान खान साहब कहते हैं आस्ते आस्ते सब कुछ ठीक हो जाए कुछ नहीं हो रहा ढाई साल तीन साल हो गए इन्हें वेखद कख नहीं बनाया इन्हें नवाज शरीफ ही तो गरीबा ने सोचता कोई माड़ा कोई तेल महंगा कोई चीज़ तो नहीं महंगी करता घ्यो तो नहीं महंगा करता आटा तो नहीं महंगा करता कोई चीज़ नहीं 500 रुपया दिहाड़ी अभी जो बच्चों में देिए कि लड़ाई पी घर की करिए फिर कहें चोर सन पिछले जो पिछले चोर कोई नहीं कोई चोर नहीं सड़क बना रहे ठीक ठाक रस्ते बना रहे जब वेखो खूह खाते बना रहे की करिए जी किस कम जाइए की लगता अगले डेढ़ साल जो बाकी कैसा गुजरेगा कख नहीं जी बहुत तंगी ना गुजर रहा है कोई बे हर बंदा ही जान रोन दिया की करे की बंदा किस वास्ते जाइए जी निके निके बच्चे ने रात को बीवी लड़ती है ना आटा पूरा होना ना घ्यो पूरा हो रहा ना कोई तेल पूरा हो रहा कोई शह नहीं पूरी हो रही तेल महंगाई ला रही है अग लगन रही तेल में वो कहने भाजी जिन्हों कही है वह कहना भाजी तेल महंगा है जी ये गड्डी के किराए कि इतने बंद है किराया 30 रुपये लैने अभी 50 रुपये लैन दिया 60 रुपये लै रहे हैं की करिए मालक ना अं लड़ते पे मालक कहने भाजी अगर महंगाई साढ़े बहुत की करिए वजीर आजम साहब कहते हैं घबराना नहीं तो घबराना कि अभी 3 साल तो हो गए जान रोने की करिए फिर अं अपने आप खौफ कर रहे हैं चोर की करिए कि भाजी आ वेखो हाथ साड़न दे कोई हाल है साड़ा वेखो कपड़े कोई नहीं है साढ़े को करिए एवं नहीं घूमन की करना है आस्ता आस्ता सब कुछ ठीक ढाई 3 साल तो हो गए जी की करिए किस काम अगले 1.5 साल ठीक हो जाए कोई नहीं हो रहा ए झूठी गल है तो जी अगली हुकूमत फिर इमरान खान की आ गई फिर नहीं फिर मर जाएंगे बिल्कुल ही खत्म हो जाएंगे वाम मर जाएगी बस आखो गरीब आदमी है कोई गल नहीं गल लै लें जुटी अच्छा कोई पैगाम दोगे इमरान खान साहब हाँ जी दवांगे बिल्कुल दवांगे बिल्कुल दवांगे भाजी भुखे मर जाए देने ही देना और की करांगे की करिए फांसी मरने बच्चे मरण दे भुखे की करोगे इमरान खान साहब इमरान साहब कहेंगे भाजी रियायत करो चीज़ करो अभी थोड़े नाल आवे जे ऐसा काम हो नहीं बिल्कुल नाल है कि वह डागे लाया आ क्यों इंज किया है ये है माड़े गरीबों तंग करने वास्ते लाया कोई इधरों आया पुलिस वाला आया अड्डा पिछा करो जी इंज करो जी ये करो वो करो अं किधर जाइए जी किस पास जाइए नवाज शरीफ में गया उत्थे लाओ कोई बात नहीं अं उधर काम ठीक ही समोसा 15 रुपये का ही हूँ 25 रुपये का देने अच्छा 3.5 साल कैसे गुजरे थोड़े इमरान खान की हुकूमत सर अभी तो तंग आ गए इमरान खान तो सर इन्नी महंगाई घ्यो महंगा हो गया है अगे हिसाब ही कि मजदूर की दिहाड़ी 500 ही है तो मजदूर अपना खर्चा घर का खर्चा ठीक सही निज़ाम चलाता ही अपना हूँ मजदूर की दिहाड़ी 1000 रुपया मजदूर हजे भी रोंदा है निके निके बच्चे ने ठीक है ए बच्चे मैं अड्डिया तो मंगते ने पे है की इमरान खान करता पाया अभी तो पागल हो गए हाँ सानू समझ नहीं आती है पहला कुछ कहता ही हूँ ये कुछ करता पाया ठीक है ये गुरबत महान डे माड़िया बंद बदमावान लैन डे तो कहते ना आस्ता आस्ता सब ठीक हो जाएगा सर आहिस्ता आहिस्ता कितों सही होएगा कितों अच्छा जो बार बार अपनी आवाम को अपने जो कहें कौम तो घबराना नहीं उन्होंने बारे की घबराना माड़ा बंद अटैक होंगे ने बे लोग गुरबत नाल अपने पुत्रां नू मारन डे ने प्यों नू मारन डे ने है कि घर के निजाम नहीं चलते पे कतले आम हो रहे ने गुरबत की वजह तो महंगाई की वजह तो हर बंदा बंदे नू मारन दे टुले है
सर इमरान खान साढ़े वालों दरखास्त है कि तुहाडी मेहरबानी है ठीक है कुछ महंगाई से इजाफा करो घट करो तू हाँ वो रेट चाड़ छड़िया के बंदा हूँ। बैन अल-अक़वामी शोहरत याफ्ता सादात घराने के फर्जंद तमाम आमलों के गुरु उस्ताद अलहाज सैयद बड़े शाह साहब बड़ी ताकतों वाले तमाम परेशानियों का रूहानी हल गारंटी और राजदारी से मुरादों से झोलियां भर जाएंगी। पसंद की शादी मोहब्बत में नाकामी अज़्तवाजी मसाइल तस्खीर मखलूकात के ख्वाहिशमंद फौरी राबता करें।